ਸਨੀ ਦਿਓਲ ਅਸਲੇ ਅਤੇ ਚੋਰੀ ਦੇ ਮੋਟਰਸਾਈਕਲ ਦੇ ਸਮੇਤ ਗ੍ਰਿਫਤਾਰ। ਐਸਐਸਪੀ ਸਾਹਿਬ ਹਰ ਕਮਲਪ੍ਰੀਤ ਸਿੰਘ ਖੱਖ, ਪੀਪੀਐਸ ਸੀਨੀਅਰ ਪੁਲਿਸ ਕਪਤਾਨ ਜਲੰਧਰ ਦਿਹਾਤੀ ਦੇ ਦਿਸ਼ਾ ਨਿਰਦੇਸ਼ਾਂ ਦੇ ਮੁਤਾਬਕ ਨਸ਼ਾ ਤਸਕਰਾਂ ਅਤੇ ਭੈੜੇ ਅਨਸਰਾਂ ਲੁੱਟ ਖੋਹਾਂ ਦੀਆਂ ਵਾਰਦਾਤਾਂ ਨੂੰ ਰੋਕਣ ਲਈ ਰੋਕਥਾਮ ਸਪੈਸ਼ਲ ਮੁਹਿੰਮ ਤਹਿਤ ਫਲੋਰ ਜਲੰਧਰ ਦਿਹਾਤੀ ਦੀਆਂ ਹਦਾਇਤਾਂ ਮੁਤਾਬਕ ਇੰਸਪੈਕਟਰ ਹਰਦੇਵਪ੍ਰੀਤ ਸਿੰਘ ਮੁੱਖ ਅਫਸਰ ਥਾਣਾ ਦੀ ਨਿਗਰਾਨੀ ਦੇ ਹੇਠ ਇਲਾਕਾ ਥਾਣਾ ਦੇ ਵਿੱਚ ਚੱਲਦੇ ਚੈਕਿੰਗ ਦੇ ਦੌਰਾਨ ਏਐਸਆਈ ਦਲਬਾਰਾ ਸਿੰਘ ਸਮੇਤ ਪੁਲਿਸ ਪਾਰਟੀ ਦੇ ਵੱਲੋਂ ਸੰਘੋਵਾਲ ਤੋਂ ਬਿਲਗਾ ਨਹਿਰ ਪੁਲੀ ਤੋਂ ਇੱਕ ਵਿਅਕਤੀ ਦੇ ਕੋਲੋਂ ਇੱਕ ਦੇਸੀ ਕੱਟਾ, 12 ਬੋਰ ਸਮੇਤ 3 ਰੌਂਦ ਜਿੰਦਾ ਅਤੇ 12 ਬੋਰ ਬਰਾਮਦ ਕਰਨ ਦੀ ਸਫਲਤਾ ਹਾਸਲ ਕੀਤੀ ਹੈ। ਪ੍ਰੈਸ ਨੂੰ ਜਾਣਕਾਰੀ ਦਿੰਦੇ ਹੋਏ ਸਰਵਣ ਸਿੰਘ ਬੱਲ, ਪੀਪੀਐਸ ਪੁਲਿਸ ਕਪਤਾਨ ਉਪ ਪੁਲਿਸ ਕਪਤਾਨ ਫਲੋਰ ਜਲੰਧਰ ਦੇ ਹਾਥੀ ਨੇ ਦੱਸਿਆ ਹੈ ਕਿ ਇੰਸਪੈਕਟਰ ਹਰਦੇਵਪ੍ਰੀਤ ਸਿੰਘ ਮੁੱਖ ਅਫਸਰ ਥਾਣਾ ਬਿਲਗਾ ਦੀ ਨਿਗਰਾਨੀ ਦੇ ਹੇਠ ਏਐਸਆਈ ਦਲਬਾਰਾ ਸਿੰਘ ਸਮੇਤ ਪੁਲਿਸ ਪਾਰਟੀ ਵੱਲੋਂ ਗਸ਼ਤ ਦੌਰਾਨ ਪਿੰਡ ਬਿਲਗਾ ਤੋਂ ਪਿੰਡ ਸੰਘੋਵਾਲ ਨੂੰ ਜਾ ਰਹੇ ਸੀ ਤਾਂ ਜਦੋਂ ਪੁਲਿਸ ਪਾਰਟੀ ਨੂੰ ਪਿੰਡ ਸੰਘੋਵਾਲ ਦੇ ਕੋਲ ਪਹੁੰਚੀ ਤਾਂ ਪਿੰਡ ਸੰਘੋਵਾਲ ਵੱਲੋਂ ਇੱਕ ਨੌਜਵਾਨ ਮੋਟਰਸਾਈਕਲ ਤੇ ਆਉਂਦਾ ਦਿਖਾਈ ਦਿੱਤਾ। ਜਦੋਂ ਮੋਟਰਸਾਈਕਲ ਸਵਾਰ ਪੁਲਿਸ ਪਾਰਟੀ ਨੂੰ ਇੱਕਦਮ ਦੇਖ ਕੇ ਖੱਬੇ ਪਾਸੇ ਕੱਚੇ ਰਾਹ ਦੇ ਉੱਤੇ ਮੁੜਨ ਲੱਗਾ ਤੇ ਏਐਸਆਈ ਦਲਬਾਰ ਸਿੰਘ ਨੇ ਸਾਥੀ ਮੁਲਾਜ਼ਮਾਂ ਦੀ ਮਦਦ ਦੇ ਨਾਲ ਉਸ ਨੂੰ ਰੋਕ ਕੇ ਉਸਦਾ ਨਾਮ ਤੇ ਪਤਾ ਪੁੱਛਿਆ, ਜਿਸ ਨੇ ਆਪਣਾ ਨਾਮ ਸਨੀ ਦਿਓਲ, ਪੁੱਤਰ ਸੁਖਦੇਵ ਸਿੰਘ, ਪੁੱਤਰ ਨਾਨਕ ਸਿੰਘ, ਵਾਸੀ ਪਿੰਡ ਬੁਰਜ ਹਸਨ ਥਾਣਾ ਬਿਲਗਾ ਜਲੰਧਰ ਦੱਸਿਆ ਅਤੇ ਜਿਸ ਦੀ ਸ਼ੱਕ ਦੇ ਆਧਾਰ ਦੇ ਉੱਤੇ ਤਲਾਸ਼ੀ ਲਈ ਤਾਂ ਉਸਦੇ ਡੱਬ ਦੇ ਵਿੱਚੋਂ ਇੱਕ ਦੇਸੀ ਕੱਟਾ, 12 ਬੋਰ ਅਤੇ ਪਜਾਮੇ ਦੀ ਸੱਜੀ ਜੇਬ ਦੇ ਵਿੱਚੋਂ 3 ਜਿੰਦਾ ਰੌਂਦ ਅਤੇ 12 ਬੋਰ ਬਰਾਮਦ ਹੋਏ ਅਤੇ ਜਿਸ ਨੂੰ ਮੋਟਰਸਾਈਕਲ ਬਿਨਾਂ ਨੰਬਰੀ ਬਾਰੇ ਸਖ਼ਤੀ ਨਾਲ ਪੁੱਛਗਿੱਛ ਕੀਤੀ ਗਈ ਅਤੇ ਮੋਟਰਸਾਈਕਲ ਦੇ ਬਾਰੇ ਕੋਈ ਵੀ ਉਹਦੇ ਕੋਲੋਂ ਕਾਗਜ਼ਾਤ ਜਿਹੜਾ ਪੇਸ਼ ਨਹੀਂ ਉਹ ਕਰ ਸਕਿਆ। ਮੁਲਜ਼ਮ ਨੇ ਦੱਸਿਆ ਕਿ ਉਸਨੇ ਇਹ ਮੋਟਰਸਾਈਕਲ ਜਗਰਾਓਂ ਸਾਈਡ ਤੋਂ ਚੋਰੀ ਕੀਤਾ ਸੀ, ਜਿਸ ਦੇ ਉੱਤੇ ਮੋਟਰਸਾਈਕਲ ਬਿਨਾਂ ਨੰਬਰੀ ਜਿਹੜਾ ਬਰਾਮਦ ਉਸ ਤੋਂ ਹੋਇਆ ਅਤੇ ਪੁਲਿਸ ਨੇ ਮੁਲਜ਼ਮ ਦੇ ਖਿਲਾਫ਼ ਬਿਲਗਾ ਦੇ ਵਿੱਚ ਮਾਮਲਾ ਦਰਜ ਕਰ ਲਿਆ।